एक्शन तंदुरुस्ती दे विच अज एक बार फिर साडे नाल ने डॉक्टर विधु मोडगिल जी। अच्छा डॉक्टर साहब, अजकल जिवें साडे इंडिया दे विच पॉपुलेशन प्रॉब्लम हैगी है ते नाल ही गवर्नमेंट इज ट्राइंग टू गिव नॉलेज अबाउट फैमिली प्लानिंग, ते अज प्रेगनेंसी नूं अवॉइड करन दे किहड़े किहड़े सेफ तरीके ने? प्रेगनेंसी नूं अवॉइड करन लई साडे कोल बहुत सारे तरीके अजकल अवेलेबल ने। ਜਿਵੇਂ ਅੱਜ ਕੱਲ੍ਹ ਸਾਡੇ ਕੋਲ ਅਵੇਲੇਬਲ ਨੇ ਕੌਂਡੋਮਸ, ਜਿਨ੍ਹਾਂ ਨੂੰ ਕਹਿੰਦੇ ਬੈਰੀਅਰ ਮੈਥਡ 'ਚ ਆਉਂਦੇ ਨੇ, ਕੌਂਡੋਮਸ ਆਉਂਦੇ ਨੇ। ਤੁਸੀਂ ਇੱਕ ਨਾਮ ਸੁਣਿਆ ਹੋਗਾ ਟੂਡੇ, ਇੱਕ ਵਜਾਇਨਲ ਸਪੌਂਜ ਹੈ ਜਿਹੜੀ ਔਰਤਾਂ ਲਈ ਹੁੰਦੀ ਨੇ। ਫਿਰ ਪਿਲਸ ਹੁੰਦੀਆਂ ਨੇ, ਡਿਫਰੈਂਟ ਤਰ੍ਹਾਂ ਦੀ ਪਿਲਸ ਅਵੇਲੇਬਲ ਨੇ, ਲੋ ਡੋਜ ਕੌਂਟਰਸੈਪਸ਼ਨ ਤੋਂ ਲੈ ਕੇ ਹਰ ਤਰ੍ਹਾਂ ਦੀ ਪਿਲਸ ਅਵੇਲੇਬਲ ਨੇ। ਨਾਲੇ ਕੋਪਰਟੀ ਜਿਵੇਂ IUCDs ਜਿਨ੍ਹਾਂ ਨੂੰ ਕਹਿੰਦੇ ਨੇ, ਉਹ ਵੀ ਅਵੇਲੇਬਲ ਨੇ। ਉਹ ਇੱਕ ਨੋਰਮਲ IUCD ਵੀ ਹੁੰਦੀ ਹੈ ਅਤੇ ਇੱਕ ਮੈਡੀਸਨਲ IUCD ਵੀ ਹੁੰਦੀ ਹੈ। ਅਤੇ ਦੂਸਰੀ ਤਰ੍ਹਾਂ ਹੈ, ਇੱਕ ਤਰ੍ਹਾਂ ਦੇ ਟੀਕੇ ਵੀ ਅਵੇਲੇਬਲ ਨੇ ਜਿਨ੍ਹਾਂ ਨੂੰ ਐਵਰੀ 3 months ਲਗਾ ਸਕਦੇ ਨੇ। ਅੱਛਾ ਡਾਕਟਰ ਸਾਹਿਬ, ਅੱਜ ਕੱਲ੍ਹ ਇੱਕ ਟ੍ਰੈਂਡ ਹੈਗਾ ਹੈ ਦੈਟ ਵਿਆਹ ਤੋਂ ਬਾਅਦ 3-4 ਸਾਲ ਦਾ ਗੈਪ ਹੁੰਦਾ ਹੈ, ਉਹਦੇ ਬਾਅਦ ਫਸਟ ਬੇਬੀ ਬੋਰਨ ਕੀਤਾ ਜਾਂਦਾ ਹੈ, ਅਤੇ ਇਹ ਕਿੰਨਾ ਇੱਕ ਸੇਫ ਹੈ? ਨੋਰਮਲੀ ਕੀ ਹੋ ਰਿਹਾ ਕਿ ਅੱਜ ਕੱਲ੍ਹ ਜਿਵੇਂ ਹਰ ਔਰਤ ਵੀ ਕੰਮ ਕਰ ਰਹੀ ਹੈ, ਅਤੇ ਸਾਡੇ ਕੋਲ ਫੈਮਲੀਜ਼ ਇਸ ਤਰ੍ਹਾਂ ਦੀ ਹੋ ਰਹੀਆਂ, ਨਿਊਕਲੀਅਰ ਫੈਮਲੀਜ਼ ਹੋ ਰਹੀਆਂ ਨੇ, ਅਤੇ ਸਭ ਕੁਝ ਇਹ ਲੋਕ ਕਹਿ ਰਹੇ ਨੇ ਕਿ ਅਸੀਂ ਲੇਟ ਮੈਰਿਜਸ ਕਰੀਏ, ਅਤੇ ਜੇ ਜਲਦੀ ਸ਼ਾਦੀ ਹੋ ਵੀ ਜਾਂਦੀ ਹੈ ਅਤੇ ਪਲੱਸ ਲੋਕ ਜਲਦੀ ਫੈਮਲੀ ਪਲੈਨਿੰਗ ਨਹੀਂ ਕਰਦੇ। ਜੇ ਤੁਹਾਡੀ ਯੰਗ ਏਜ 'ਚ ਸ਼ਾਦੀ ਹੁੰਦੀ ਹੈ ਜਿਵੇਂ 20 ਸਾਲ ਜਾਂ 22 ਸਾਲ ਤੱਕ, ਫਿਰ ਤਾਂ ਤੁਸੀਂ 1-2 ਸਾਲ ਤੱਕ ਪਲੈਨਿੰਗ ਕਰ ਸਕਦੇ ਹੋ। ਪਰ ਜੇ ਲੇਟ ਏਜ 'ਚ ਮੈਰਿਜ ਹੁੰਦੀ ਹੈ ਜਿਵੇਂ 30+ 'ਚ ਹੁੰਦੀ ਹੈ, ਫਿਰ ਤੁਹਾਨੂੰ ਜ਼ਿਆਦਾ ਗੈਪ ਨਹੀਂ ਪਾਉਣਾ ਚਾਹੀਦਾ ਅਤੇ ਜਲਦੀ ਬੱਚਾ ਕਰ ਲੈਣਾ ਚਾਹੀਦਾ। ਅਤੇ ਪਹਿਲੇ ਬੱਚੇ ਤੋਂ ਬਾਅਦ ਦੂਜੇ ਬੱਚੇ ਦੇ ਵਿੱਚ ਕਿੰਨਾ ਗੈਪ ਹੋਣਾ ਚਾਹੀਦਾ ਹੈ? ਪਹਿਲੇ ਬੱਚੇ ਜੇ ਤੁਹਾਡੇ ਹੋ ਗਿਆ ਹੈ ਅਤੇ ਜਲਦੀ ਹੋ ਗਿਆ ਹੈ, ਤਾਂ ਤੁਸੀਂ 2-3 ਸਾਲ ਦਾ ਆਰਾਮ ਨਾਲ ਗੈਪ ਦੇ ਸਕਦੇ ਹੋ। ਉਹਦੇ ਲਈ ਮਾਂ ਲਈ ਵੀ ਬਹੁਤ ਅੱਛਾ ਹੈ, ਮਾਂ ਦੀ ਹੈਲਥ ਅੱਛੀ ਹੁੰਦੀ ਹੈ, ਅਤੇ ਜਿਹੜਾ ਦੂਸਰਾ ਬੱਚਾ ਪੈਦਾ ਹੁੰਦਾ ਉਹ ਜ਼ਿਆਦਾ ਤੰਦਰੁਸਤ ਹੁੰਦਾ ਹੈ। ਅੱਛਾ, ਜਿਹੜੀਆਂ ਚੀਜ਼ਾਂ ਤੁਸੀਂ ਸਾਨੂੰ ਦੱਸੀਆਂ ਦੈਟ ਦੇ ਅਵੋਇਡ ਪ੍ਰੈਗਨੈਂਸੀ, ਇਹ ਕਿੰਨੀ ਕੁ ਸੇਫ ਹੈਗੀਆਂ ਨੇ? ਜੇ ਤੁਸੀਂ ਕਿ ਯੂਜ਼ ਕਰਦੇ ਹੋ ਕੌਂਡੋਮ, ਅਤੇ ਚੰਗੀ ਕੁਆਲਿਟੀ ਦੇ ਯੂਜ਼ ਕਰੋ। ਅੱਜ ਕੱਲ੍ਹ ਜਿਵੇਂ ਗਵਰਨਮੈਂਟ ਦੀ ਤਰਫ ਤੋਂ ਵੀ ਸਭ ਲਈ ਅਵੇਲੇਬਲ ਨੇ ਕੌਂਡੋਮਸ, ਕਿਉਂਕਿ ਇੱਕ ਤਾਂ ਇਹ ਸੈਕਸ਼ੁਅਲੀ ਟਰਾਂਸਮਿਟਡ ਡਿਜ਼ੀਜ਼ ਜਿਹੜੀਆਂ ਨੇ ਜਿਵੇਂ ਏਡਸ ਹੋ ਗਈ ਜਾਂ ਫਿਰ ਜਿਹਨੂੰ HIV ਕਹਿੰਦੇ ਨੇ ਅੱਜ, ਨਾਲੇ ਗੋਨੋਕੋਕਲ ਇਨਫੈਕਸ਼ਨਸ ਹੋ ਗਈਆਂ, ਜਿਹੜੀ ਵੀ ਸੈਕਸ਼ੁਅਲੀ ਟਰਾਂਸਮਿਟਡ ਹੁੰਦੀਆਂ ਨੇ, ਉਹ ਬਹੁਤ ਤਰ੍ਹਾਂ ਅਵੋਇਡ ਕਰਨ ਨੂੰ ਹੈਲਪ ਕਰਦੀਆਂ ਨੇ। ਪਲੱਸ ਸੈਕਿੰਡ ਹੈ ਕਿ ਜੇ ਤੁਸੀਂ ਓਰਲ ਕੌਂਟਰਸੈਪਟਿਵਸ ਲੈਂਦੇ ਨੇ, ਪਿਲਸ ਲੈਂਦੇ ਨੇ, ਉਹਨੂੰ ਜੇ ਤੁਸੀਂ ਬਹੁਤ ਲੌਂਗ ਦੇਰ ਲਈ ਲੈ ਰਹੇ ਹੋ, ਤਾਂ ਤੁਹਾਨੂੰ ਇੱਕ ਵਾਰੀ ਡਾਕਟਰੀ ਸਲਾਹ ਲੈ ਲੈਣੀ ਚਾਹੀਦੀ ਹੈ। ਬਹੁਤ ਦੇਰ ਲਈ ਕੋਈ ਵੀ ਹਾਰਮੋਨਸ ਲੈਂਦੇ ਹੀ ਤੁਹਾਡੀ ਬੋਡੀ 'ਚ ਨੁਕਸ ਹੋ ਸਕਦੇ ਨੇ, ਤੁਹਾਨੂੰ ਪ੍ਰੋਬਲਮਸ ਆ ਸਕਦੀਆਂ ਨੇ ਜਿਵੇਂ ਬ੍ਰੈਸਟ ਪ੍ਰੋਬਲਮਸ ਆ ਸਕਦੀਆਂ ਨੇ ਜਾਂ ਡਿਸਚਾਰਜ ਪ੍ਰੋਬਲਮ ਆ ਸਕਦੀਆਂ ਨੇ। ਇਸ ਲਈ ਤੁਹਾਨੂੰ ਇੱਕ ਵਾਰੀ ਜੇ ਤੁਸੀਂ ਪਿਲਸ ਲੈ ਰਹੇ ਹੋ, ਤੁਹਾਨੂੰ ਸਾਲ ਦੇ ਬਾਅਦ ਇੱਕ ਵਾਰੀ ਆਪਣੇ ਡਾਕਟਰ ਨੂੰ ਮਿਲ ਲੈਣਾ ਚਾਹੀਦਾ ਹੈ। ਜੇ ਕੋਪਰਟੀ ਰਖਵਾਉਂਦੇ ਹੋ, ਕੋਪਰਟੀ ਨਾਲ ਬਹੁਤ ਸਾਰੀ ਮਿਥਸ ਵੀ ਜੁੜੀਆਂ ਹੋਈਆਂ ਨੇ। ਲੋਕ ਸੋਚਦੇ ਨੇ ਕੋਪਰਟੀ ਰਖਵਾਉਣ ਨਾਲ ਜਿਵੇਂ ਕੋਪਰਟੀ ਉੱਪਰ ਚਲੀ ਜਾਏਗੀ ਜਾਂ ਫਿਰ ਸਾਨੂੰ ਬਲੀਡਿੰਗ ਜ਼ਿਆਦਾ ਹੋਏਗੀ ਜਾਂ ਅਸੀਂ ਹੈਵੀ ਹੋ ਸਕਦੇ ਹਾਂ, ਪਰ ਇਹ ਜ਼ਰੂਰੀ ਨਹੀਂ ਹੈ। ਜਿਹੜੀ ਨੋਰਮਲ ਕੋਪਰਟੀ ਹੁੰਦੀ ਹੈ ਉਹਦੇ ਨਾਲ ਤੁਹਾਨੂੰ ਕਈ ਵਾਰੀ ਪਹਿਲੇ 2-3 ਮਹੀਨੇ, ਕਿਉਂਕਿ ਆਫਟਰ ਆਲ ਉਹ ਇੱਕ ਫੋਰਨ ਬੋਡੀ ਹੈ ਸਾਡੇ ਅੰਦਰ, ਕਈਆਂ ਨੂੰ ਪਹਿਲੇ 2-3 ਮਹੀਨੇ ਹੈਵੀ ਪੀਰੀਅਡਸ ਆ ਸਕਦੇ ਨੇ, ਪਰ ਉਸ ਤੋਂ ਬਾਅਦ ਉਹ ਬਿਲਕੁਲ ਨੋਰਮਲ ਵੀ ਹੋ ਸਕਦੇ ਨੇ। ਇੱਕ ਵਾਰੀ ਕੋਪਰਟੀ ਰਖਵਾਉਣ ਤੋਂ ਬਾਅਦ ਤੁਹਾਨੂੰ 6 ਮਹੀਨੇ ਬਾਅਦ ਇੱਕ ਵਾਰੀ ਡਾਕਟਰ ਨੂੰ ਮਿਲ ਲੈਣਾ ਚਾਹੀਦਾ। ਜੇ ਤੁਹਾਨੂੰ ਕੋਈ ਪ੍ਰੋਬਲਮ ਲੱਗੇ ਜਿਵੇਂ ਡਿਸਚਾਰਜ ਹੋਵੇ ਜ਼ਿਆਦਾ ਜਾਂ ਤੁਹਾਨੂੰ ਲੱਗੇ ਕਿ ਇਨ ਬਿਟਵੀਨ ਮੈਂਸਟਰਲ ਸਾਈਕਲ ਵੀ ਤੁਹਾਨੂੰ ਬਲੀਡਿੰਗ ਹੋ ਰਹੀ ਹੈ, ਤਾਂ ਫਿਰ ਵੀ ਡਾਕਟਰ ਨੂੰ ਮਿਲ ਲੈਣਾ ਚਾਹੀਦਾ। ਅਦਰਵਾਈਜ਼ ਕੋਪਰਟੀ ਕਾਫੀ ਸੇਫ ਹੈ ਅਤੇ ਇਹਦੇ ਨਾਲ ਪ੍ਰੈਗਨੈਂਸੀ ਰੇਟਸ 99% ਪੇਸ਼ੈਂਟ ਸੇਫ ਰਹਿੰਦਾ। ਸਭ ਤੋਂ ਸੇਫ ਤਾਂ ਵੈਸੇ ਪਿਲਸ ਨੇ, ਉਹਦੇ ਨਾਲ 100% ਹੈ ਕਿ ਪ੍ਰੈਗਨੈਂਸੀ ਨਹੀਂ ਹੋਏਗੀ ਜੇ ਠੀਕ ਢੰਗ ਨਾਲ ਖਾਏ ਜਾਣ, ਪਰ ਸੈਕਿੰਡ ਨੰਬਰ 'ਤੇ ਕੋਪਰਟੀ ਆਉਂਦੀ ਹੈ। ਜਿਹੜੇ ਵੀ ਬੈਰੀਅਰ ਮੈਥਡਸ ਨੇ ਜਿਵੇਂ ਕਿ ਕੌਂਡੋਮ ਜਾਂ ਸਪੌਂਜ, ਇਹਨਾਂ ਦਾ ਫੇਲੀਅਰ ਰੇਟ ਬਹੁਤ ਹੁੰਦਾ ਹੈ, ਇਹਦੇ ਨਾਲ ਪ੍ਰੈਗਨੈਂਸੀ ਜਲਦੀ ਠਹਿਰ ਸਕਦੀ ਹੈ। ਜੇ ਅਸੀਂ ਇਹ ਨਹੀਂ ਯੂਜ਼ ਕਰਦੇ ਕਿ ਕੌਂਡੋਮ ਕਦੋਂ ਲੀਕ ਹੋਇਆ, ਇਹ ਅਸੀਂ ਚੈੱਕ ਨਹੀਂ ਕਰ ਸਕਦੇ, ਅਤੇ ਤਾਂ ਹੀ ਇਹਨਾਂ ਨਾਲ ਫੇਲੀਅਰ ਰੇਟ ਜ਼ਿਆਦਾ ਹੁੰਦਾ ਹੈ। ਡਾਕਟਰ ਸਾਹਿਬ, ਇੱਕ ਹੋਰ ਵੀ ਗੱਲ ਆਉਂਦੀ ਹੈ ਸੁਣਨ ਦੇ ਵਿੱਚ ਕਿ ਜਦ ਤੱਕ ਬੇਬੀ ਮਾਂ ਦਾ ਦੁੱਧ ਪੀਂਦਾ ਹੈ ਤਦ ਤੱਕ ਪ੍ਰੈਗਨੈਂਸੀ ਨਹੀਂ ਠਹਿਰ ਸਕਦੀ, ਅਤੇ ਇਹ ਕਿੰਨਾ ਕੁ ਸਹੀ ਹੈ? ਨਹੀਂ, ਇਹ ਸਹੀ ਨਹੀਂ ਹੈ, ਕਿਉਂਕਿ ਜਿਸ ਤਰ੍ਹਾਂ ਇੱਕ ਮਦਰ ਡਿਲੀਵਰ ਕਰਦੀ ਹੈ ਤਾਂ ਉਹਦੇ 1 ਮਹੀਨੇ ਬਾਅਦ ਉਹ ਦੁਬਾਰਾ ਤਿਆਰ ਹੋ ਸਕਦੀ ਹੈ, ਨੈਕਸਟ ਪ੍ਰੈਗਨੈਂਸੀ ਹੋ ਸਕਦੀ ਹੈ ਉਹਨੂੰ। ਅਤੇ ਅੱਜ ਕੱਲ੍ਹ ਜਿਵੇਂ ਮਦਰ ਦੁੱਧ ਪਿਲਾ ਰਹੀ ਹੈ, ਉਹਦੇ ਵਾਸਤੇ ਵੀ ਸਾਡੇ ਕੋਲ ਪਿਲਸ ਅਵੇਲੇਬਲ ਨੇ ਜਿਹੜੀ ਸਿਰਫ ਮਦਰ ਜਦ ਦੁੱਧ ਪਿਲਾ ਰਹੀਆਂ ਨੇ ਉਹ ਲੈ ਸਕਦੀਆਂ ਨੇ। ਸੈਕਿੰਡਲੀ, ਜੇ ਮਦਰ ਕੋਪਰਟੀ ਰਖਵਾ ਸਕਦੇ ਨੇ, ਉਹ ਵੀ ਬਹੁਤ ਸੇਫ ਹੈ ਉਸ ਵੇਲੇ। ਡਾਕਟਰ ਸਾਹਿਬ, ਜਿਵੇਂ ਕਿ ਤੁਸੀਂ ਦੱਸਿਆ ਦੈਟ ਇੰਜੈਕਸ਼ਨਸ ਆਰ ਆਲਸੋ ਅਵੇਲੇਬਲ ਇਨ ਦ ਮਾਰਕੀਟ, ਅਤੇ ਇਹ ਕਿੰਨੇ ਈਜ਼ੀਲੀ ਅਵੇਲੇਬਲ ਨੇ? ਇਹ ਇੰਜੈਕਸ਼ਨਸ ਬਹੁਤ ਈਜ਼ੀਲੀ ਅਵੇਲੇਬਲ ਨੇ, ਕਿਸੇ ਵੀ ਡਾਕਟਰ ਦੀ ਪ੍ਰਿਸਕ੍ਰਿਪਸ਼ਨ ਤੋਂ ਤੁਸੀਂ ਇਹ ਲੈ ਸਕਦੇ ਹੋ। ਪਲੱਸ ਇਹਦੇ ਨਾਲ ਇੱਕ ਟਾਈਮ ਹੁੰਦਾ, ਜਿਵੇਂ ਇੱਕ ਪਹਿਲਾ ਟੀਕਾ ਲੱਗਿਆ ਉਹ ਡਾਕਟਰ ਡੇਟ ਦੇ ਦਿੰਦਾ, ਪਲੱਸ ਉਹਦੇ ਨੈਕਸਟ ਟੀਕੇ ਦੀ ਤੁਹਾਨੂੰ ਡੇਟ ਦਿੰਦਾ। ਅਤੇ ਇਹ ਇੰਜੈਕਸ਼ਨ ਦੇ ਥੋੜ੍ਹੇ ਸਾਈਡ ਇਫੈਕਟ ਇਹ ਨੇ ਕਿ ਜਦੋਂ ਵੀ ਇਹ ਟੀਕਾ ਲਾਉਂਦੇ ਹਾਂ, ਆਫਟਰ ਆਲ ਇਹ ਹਾਰਮੋਨਸ ਹੁੰਦੇ ਨੇ, ਅਤੇ ਪੇਸ਼ੈਂਟ ਨੂੰ ਇਹ ਪੂਰਾ ਸਮਝਾਉਣਾ ਚਾਹੀਦਾ ਹੈ। ਕਈਆਂ ਨੂੰ ਇਨ ਬਿਟਵੀਨ ਸਪੋਟਿੰਗ ਵੀ ਹੋ ਸਕਦੀ ਹੈ, ਕਈਆਂ ਨੂੰ ਉਸ ਦੌਰਾਨ ਮੈਂਸਿਸ ਬਿਲਕੁਲ ਬੰਦ ਵੀ ਹੋ ਸਕਦੇ ਨੇ, ਅਤੇ ਉਹ ਘਬਰਾਉਣਾ ਨਹੀਂ ਇਹ ਸੋਚ ਕੇ ਕਿ ਪ੍ਰੈਗਨੈਂਸੀ ਹੋ ਰਹੀ ਹੈ। ਇਹ 3 months ਤੱਕ ਇੰਜੈਕਸ਼ਨ ਸੇਫ ਰਹਿੰਦਾ ਇੱਕ ਟੀਕਾ, ਅਤੇ ਨੈਕਸਟ ਟੀਕਾ 3 months ਤੋਂ ਬਾਅਦ ਦੁਬਾਰਾ ਲੱਗਣਾ ਚਾਹੀਦਾ। ਅਤੇ ਡਾਕਟਰ ਸਾਹਿਬ, ਜਦੋਂ ਹੁਣ ਇੱਕ ਲੇਡੀ ਚਾਹੁੰਦੀ ਹੈ ਕਿ ਉਹ ਬੱਚੇ ਨੂੰ ਜਨਮ ਦੇਵੇ, ਤਾਂ ਫਿਰ ਉਸ ਟਾਈਮ ਇੰਜੈਕਸ਼ਨ ਬੰਦ ਕਰ ਦਿੱਤੇ ਜਾਣ?
ਨਾਰਮਲੀ ਜਿਵੇਂ ਤੁਸੀਂ ਕੋਈ ਵੀ ਹਾਰਮੋਨਸ ਲੈ ਰਹੇ ਹੋ ਉਹਦੇ ਬਾਅਦ ਜੇ ਤੁਸੀਂ ਪ੍ਰੈਗਨੈਂਸੀ ਪਲਾਨ ਕਰਨੀ ਹੈ ਕਮ ਸੇ ਕਮ 2 ਮਹੀਨੇ ਪਹਿਲੇ ਤੁਹਾਨੂੰ ਉਹ ਹਾਰਮੋਨਸ ਛੱਡ ਦੇਣੇ ਚਾਹੀਦੇ ਨੇ ਚਾਹੇ ਪਿਲਸ ਲੈ ਰਹੇ ਹੋ ਇੰਜੈਕਸ਼ਨ ਤਾਂ ਵੈਸੇ 3 ਮੰਥਸ ਦਾ ਇਫੈਕਟ ਰਹਿੰਦਾ ਉਸ ਤੋਂ ਬਾਅਦ ਕਈ ਵਾਰੀ ਟਾਈਮ ਲੱਗ ਸਕਦਾ ਪ੍ਰੈਗਨੈਂਸੀ ਹੋਣ ਨੂੰ ਕਿਉਂਕਿ ਉਹ ਬਿਲਕੁਲ ਤੁਹਾਡੀ ਜਿਹੜੀ ਯੂਟਰਸ ਦੀ ਲਾਈਨਿੰਗ ਹੈ ਉਹਨੂੰ ਬਿਲਕੁਲ ਕਮਜ਼ੋਰ ਕਰ ਦਿੰਦਾ ਹੈ ਅਤੇ ਤੁਸੀਂ ਗਾਇਨੇਕੋਲੋਜਿਸਟ ਦੀ ਸਲਾਹ ਨਾਲ ਤੁਹਾਨੂੰ ਉਹ ਫੋਲਿਕ ਐਸਿਡ ਸ਼ੁਰੂ ਕਰ ਦਿੰਦੇ ਨੇ ਅਤੇ ਤਾਕਤ ਦੀ ਦਵਾਈਆਂ ਸ਼ੁਰੂ ਕਰ ਦਿੰਦੇ ਨੇ ਅਤੇ 2 ਮੰਥਸ ਤੋਂ 3 ਮੰਥਸ ਤੱਕ ਤੁਸੀਂ ਪ੍ਰੈਗਨੈਂਸੀ ਦੁਬਾਰਾ ਪਲਾਨ ਕਰ ਸਕਦੇ ਹੋ ਡਾਕਟਰ ਸਾਹਿਬ ਇਸ ਟੌਪਿਕ 'ਤੇ ਤੁਸੀਂ ਸਾਨੂੰ ਅਤੇ ਸਾਡੇ ਦਰਸ਼ਕਾਂ ਨੂੰ ਇੰਨੇ ਸਾਰੇ ਟਿਪਸ ਦਿੱਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ